ਭੂੰਡ ਆਸ਼ਕ ਵੱਲੋਂ ਇਸ ਥਾਂ ਤੇ ਕੀਤੀ ਗਈ ਸਾਰੀ ਕਰਤੂਤ ਬਾਰੇ ਨਿੱਕੀ ਨਿੱਕੀ ਜਾਣਕਾਰੀ ਦੇ ਰਹੇ ਪੀੜਤ ਕੁੜੀ ਦੇ ਮਾਪੇ। ਚੜ੍ਹਦੀ ਉਮਰ ਦੀ ਇਹ ਉਹੀ ਕੁੜੀ ਹੈ ਜਿਸ ਨੂੰ ਇੱਕ ਸਿਰ ਫਿਰੇ ਨੂੰ ਵਿਆਹ ਦੇ ਲਈ ਇਨਕਾਰ ਕਰਨਾ ਬੇਹੱਦ ਖਤਰਨਾਕ ਸਾਬਤ ਹੋਇਆ, ਜਿਸ ਕਰਕੇ ਇਹ ਮੌਤ ਦੇ ਮੂੰਹ 'ਚ ਜਾ ਬੜੀ ਹੀ ਮੁਸ਼ਕਲ ਨਾਲ ਵਾਪਸ ਪਰਤੀ ਹੈ। ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਮੰਡੀ ਗੁਰੂ ਹਰ ਸਹਾਇ ਦੇ ਮੁਹੱਲਾ ਜੋਗੀਆਂ ਵਾਲਾ ਦਾ, ਜਿੱਥੇ ਗੀਤਾ ਅਤੇ ਬਿੱਟੂ ਨਾਂ ਦੇ ਵਿਅਕਤੀ ਦੀ 18 ਸਾਲ ਦੀ ਧੀ ਨੇਹਾ ਨੇ ਇਸੇ ਸਾਲ ਹੀ ਪਲੱਸ 2 ਦੀ ਪ੍ਰੀਖਿਆ ਪਾਸ ਕੀਤੀ ਸੀ। ਸਕੂਲ 'ਚ ਨੇਹਾ ਨਾਲ ਹਰਮਨ ਸਿੰਘ ਨਾਂ ਦਾ ਇੱਕ ਮੁੰਡਾ ਵੀ ਪੜ੍ਹਦਾ ਸੀ। ਨੇਹਾ ਦੇ ਮੁਤਾਬਕ ਹਰਮਨ ਨੇ ਇਸ ਦਾ ਮੋਬਾਈਲ ਨੰਬਰ ਆਪਣੇ ਚਾਚੇ ਦੇ ਮੁੰਡੇ ਜੋਗਾ ਸਿੰਘ ਨੂੰ ਦੇ ਦਿੱਤਾ। ਇੱਕ ਦਿਨ ਜੋਗਾ ਸਿੰਘ ਨੇ ਨੇਹਾ ਨੂੰ ਪ੍ਰਪੋਜ਼ ਕੀਤਾ, ਪਰ ਨੇਹਾ ਨੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਗੁੱਸੇ 'ਚ ਆਏ ਜੋਗਾ ਸਿੰਘ ਨੇ ਆਪਣੀ ਇੱਕ ਰਿਸ਼ਤੇਦਾਰ ਔਰਤ ਦਾ ਪਿਸਤੌਲ ਚੋਰੀ ਕਰ ਆਪਣੇ ਇੱਕ ਦੋਸਤ ਨੂੰ ਨਾਲ ਲੈ ਰਾਤ 9 ਵਜੇ ਨੇਹਾ ਦੇ ਘਰ ਜਾ ਜੋ ਕੁਝ ਕੀਤਾ ਉਹ ਬੇਹੱਦ ਖੌਫਨਾਕ ਸੀ। ਰਾਤ 9 ਵਜੇ ਦਾ ਟਾਈਮ ਸੀਗਾ, ਮੈਂ ਗੇਟ ਬੰਦ ਕਰਨ ਜਾ ਰਹੀ ਸੀਗੀ ਅਤੇ ਦੋ ਜਣੇ ਆਏ ਸੀਗੇ, ਇੱਕ ਜੋਰਾ ਸਿੰਘ ਸੀ, ਇੱਕ ਦਾ ਮੈਨੂੰ ਪਤਾ ਨੀਗਾ। ਕੁਛ ਵਕਤ ਪਹਿਲਾਂ ਹੀ ਮੈਨੂੰ ਕੋਲ ਆਈ ਸੀਗੀ ਅਤੇ ਮੈਨੂੰ ਕਿਹਾ ਜਾ ਰਿਹਾ ਸੀਗਾ ਕਿ ਮੇਰੇ ਨਾਲ ਵਿਆਹ ਕਰਵਾ। ਇਹ ਜੋਰੇ ਵੱਲੋਂ ਕਿਹਾ ਜਾ ਰਿਹਾ ਸੀਗਾ। ਜੋਰਾ ਸਿੰਘ ਮੇਰੇ ਨਾਲ ਪੜ੍ਹਦਾ ਸੀਗਾ, ਜੋ ਹਰਮਨ ਉਹਨੇ ਗਾਂ ਦੀ ਗਾਂ ਐਵੇਂ ਨੰਬਰ ਪਹੁੰਚਾਏ ਮੇਰਾ। ਮੈਂ ਜੋਰੇ ਨੂੰ ਪਹਿਲਾਂ ਤੋਂ ਮੈਂ ਕੁਝ ਵੀ ਉਹਨੂੰ ਜਾਣਦੀ ਨਹੀਂ ਸੀਗੀ। ਹਾਂਜੀ ਹਾਂਜੀ, ਇਹ ਘਰ ਦੇ ਬਾਹਰ ਜਦੋਂ ਪਹਿਲਾਂ ਇਹਨੇ ਇੱਕ ਫੈਰ ਕੀਤਾ ਸੀਗਾ ਜੋਰੇ ਨੇ, ਅਤੇ ਮੈਂ ਗੇਟ ਦੇ ਬਾਹਰ ਤੱਕ ਗੇਟ ਹੀ ਲਗਾਉਣ ਜਾ ਰਹੀ ਸੀਗੀ ਤਾਂ ਇੱਕ ਜਣਾ ਹੋਰ ਨਾਲ ਸੀਗਾ, ਦੋ ਜਣੇ ਹੈਗੇ ਸੀਗੇ। ਇੱਕ ਜਣੇ ਨੇ ਮੈਨੂੰ ਬਾਂਹ ਤੋਂ ਫੜ ਕੇ ਬਾਹਰ ਤੱਕ ਸਿੱਟਿਆ ਅਤੇ ਇਹਨੇ ਇੱਕ ਜਣੇ ਨੇ ਮੈਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਤਾਂ ਮੈਂ ਖੁਦ ਦੀ ਜਾਨ ਬਚਾ ਕੇ ਮੈਂ ਅੰਦਰ ਤੱਕ ਆਈ, ਪਰ ਇਹਨਾਂ ਨੇ ਮੈਨੂੰ ਜ਼ਬਰਦਸਤੀ ਇਹਨਾਂ ਨੇ ਫੜ ਕੇ ਮੈਨੂੰ ਗੋਲੀ ਮਾਰ ਦਿੱਤੀ। ਮੈਨੂੰ ਨਹੀਂ ਪਤਾ ਕਿ ਇਹ ਮੈਨੂੰ ਅਗਵਾ ਕਰਨ ਆਏ ਸੀ ਜਾਂ ਫਿਰ ਕੀ ਸੀ ਇਹਨਾਂ ਦੀ ਸੋਚ, ਮੈਨੂੰ ਇਸ ਚੀਜ਼ ਦਾ ਕੁਛ ਵੀ ਨਹੀਂ ਪਤਾ ਕਿ ਇਹ ਬਸ ਜਲਦੀ ਤੋਂ ਜਲਦੀ ਮੇਰੇ ਗੋਲੀ ਮਾਰ ਕੇ ਇੱਕ ਮਿੰਟ ਦੇ ਵਿੱਚ ਇਹ ਫਰਾਰ ਹੋ ਗਏ। ਹੁਣ ਸਾਡੀ ਇਹ ਮੰਗ ਹੈਗੀ ਹੈ ਕਿ ਉਹਨਾਂ ਨੂੰ ਜਿੰਨੇ ਵੀ ਦੋਸ਼ੀ ਹੈਗੇ ਨੇ, ਜਿਸ ਔਰਤ ਦਾ ਪਿਸਟਲ ਹੈ, ਹਰਮਨ ਦੀ ਸਕੂਟਰੀ ਹੈ ਜਾਂ ਕੁਝ ਵੀ ਹੈ, ਹਰਮਨ ਇਸ ਚੀਜ਼ ਦਾ ਸਾਰਾ ਦੋਸ਼ੀ ਹੈ, ਜਾਂ ਜੋਰੇ ਸਿੰਘ ਨੇ ਜਿੰਨੇ ਗੋਲੀ ਮਾਰੀ ਹੈ, ਜਿਹੜਾ ਉਹਦੇ ਨਾਲ ਮੁੰਡਾ ਆਇਆ ਸੀਗਾ, ਇਹ ਜਿਹੜਾ ਵੀ ਜੋ ਵੀ ਕੁਝ ਹੈਗਾ ਨਾ, ਇਹਨਾਂ ਨੂੰ ਬਹੁਤ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਹੈ, ਜਿਹਦੇ ਨਾਲ ਕਿ ਇਹਨਾਂ ਨੂੰ ਪਤਾ ਲੱਗੇ ਕਿ ਕਿਸੇ ਦੀ ਜਾਨ ਲੈਣਾ ਕਿੰਨਾ ਕੁ ਸੌਖਾ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੇ ਹੀ ਤਰ੍ਹਾਂ ਕਿਸੇ ਦੇ ਹੋਰ ਨਾਲ ਵੀ ਹੋਵੇ ਕਿ ਅੱਜ ਮੈਨੂੰ ਗੋਲੀ ਮਾਰੀ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਮਾਰਨਗੇ। ਪਹਿਲਾਂ ਮੈਨੂੰ ਵੱਜੀ ਸੀਗੀ, ਫਿਰ ਉਸ ਤੋਂ ਬਾਅਦ ਸ਼ੋਨੀ ਜ਼ਿਲ੍ਹੇ 'ਚ ਉੱਥੇ ਵੀ ਕਿਸੇ ਨੂੰ ਗੋਲੀ ਮਾਰੀ ਗਈ ਹੈ, ਇੱਕ ਮੁੰਡੇ ਨੂੰ ਥੋੜ੍ਹੇ ਦਿਨ ਪਹਿਲਾਂ ਵੀ ਇੱਥੇ ਗੋਲੀ ਮਾਰੀ ਗਈ ਹੈ। ਇੱਕ ਤੋਂ ਇੱਕ ਜਿਹਨੇ ਕੋਲ ਪਿਸਟਲ ਹੁੰਦਾ, ਇਹ ਚੀਜ਼ ਗਲਤ ਹੈ। ਸਰਕਾਰ ਜਿਹੜੀ ਗੁੰਡਾਗਰਦੀ ਖਤਮ ਕਰ ਰਹੀ ਹੈ, ਲੇਕਿਨ ਇੱਥੋਂ ਦੀ ਗੁੰਡਾਗਰਦੀ ਕਿਸੇ ਨੂੰ ਨਹੀਂ ਦੇਖ ਰਹੀ। ਬੁੜੀਆਂ ਬਾਹਰ ਨਿਕਲਣ ਤੋਂ ਵੀ ਡਰ ਰਹੀਆਂ ਨੇ, ਕਿਉਂਕਿ ਸਾਡੀ ਬੇਟੀ ਗੇਟ ਲਾਉਣ ਗਈ ਸੀ ਬਾਹਰ ਦਾ, ਅਤੇ ਦੋ ਮੁੰਡੇ ਆਏ, ਇੱਕ ਮੁੰਡੇ ਨੇ ਦੀ ਬਾਂਹ ਫੜ ਕੇ ਬਾਹਰ ਸੱਟਣ ਦੀ ਕੋਸ਼ਿਸ਼ ਕੀਤੀ ਅਤੇ ਦੂਜੇ ਮੁੰਡੇ ਨੇ ਇਹਨੂੰ ਗੋਲੀ ਮਾਰਤੀ। ਜਦੋਂ ਅਸੀਂ ਬਾਹਰ ਜਾ ਕੇ ਦੇਖਿਆ ਤਾਂ ਸਾਡੀ ਕੁੜੀ ਸੜਕ 'ਤੇ ਡਿੱਗੀ ਪਈ ਸੀ, ਗੋਲੀ ਵੱਜੀ ਹੋਈ ਸੀ ਇਹਨੂੰ। ਗੋਲੀ ਜੀ ਪੇਟ 'ਚੋਂ ਨਿਕਲ ਕੇ ਬਾਹਰ ਆ ਗਈ ਸੀ, ਪਿਛਲੀ ਸਾਈਡ 'ਚੋਂ, ਹਾਂਜੀ ਬਾਹਰ ਨਿਕਲ ਗਈ ਸੀ। ਅਤੇ ਫਿਰ ਅਸੀਂ ਇਹਨੂੰ DMC ਹੋਸਪਿਟਲ ਦੇ ਵਿੱਚ ਜੀ ਇਹਨੂੰ ਰੱਖਿਆ। ਹੁਣ ਮਹਾਰਾਜ ਦੀ ਕਿਰਪਾ ਨਾਲ ਸਾਡੀ ਕੁੜੀ ਜਿੰਦਾ ਹੈ, ਉਹ ਤਾਂ ਮਾਰ ਕੇ ਸੱਟ ਗਿਆ ਸੀ ਜੀ ਇਹਨੂੰ। ਅਜੇ ਵੀ ਧਮਕੀਆਂ ਦਿੰਦੇ ਨੇ ਕਿ ਤੁਹਾਡੀ ਕੁੜੀ ਨੂੰ ਅਸੀਂ ਜਾਨੋਂ ਮਾਰ ਦਾਂਗੇ, ਸਾਨੂੰ ਕਹਿੰਦੇ ਨੇ ਸਾਡੇ ਨਾਲ ਰਾਜ਼ੀਨਾਮਾ ਕਰੋ। ਨਹੀਂ ਜੀ, ਅਸੀਂ ਮਿੰਦਰ ਸਿੰਘ ਨੂੰ ਉਹਨਾਂ ਦੇ ਨਾਮ ਲਿਖਾਏ ਸੀਗੇ, ਹਰਮਨ ਦਾ ਨਾਮ ਵੀ ਲਿਖਿਆ ਸੀ। ਹਾਂਜੀ, ਜਿਹੜੇ ਮੁੰਡੇ ਨੇ ਸਾਡਾ ਨੰਬਰ ਅੱਗੇ ਦਿੱਤਾ, ਉਸ ਮੁੰਡੇ ਨੇ ਸਾਡੇ ਫੋਨ 'ਤੇ ਫੋਨ ਕੀਤਾ, ਕਾਲ ਕੀਤੀ ਕਿ ਸਾਡੀ ਗੁੜੀਆ ਨੂੰ ਕਹਿੰਦਾ ਮੇਰੇ ਨਾਲ ਵਿਆਹ ਕਰਾ। ਇਹ ਕਹਿੰਦੀ ਵੀ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ, ਅਤੇ ਉਹਨੇ ਉਹ ਮੁੰਡੇ ਨੇ ਇਹਦੇ ਨਾਲ ਕੀਤੀ ਇਹਦੇ ਨਾਲ ਵਾਰਦਾਤ, ਇਹਨੂੰ ਗੋਲੀ ਮਾਰ ਕੇ ਚਲਾ ਗਿਆ ਉਹ। ਅਤੇ ਜਿਹੜੇ ਮੁੰਡੇ ਨੇ ਸਾਡਾ ਨੰਬਰ ਦਿੱਤਾ ਸੀ ਉਹ ਮੁੰਡਾ ਵੀ ਬਾਹਰ ਏ, ਜਿਹੜੀ ਬੁੜੀ ਦਾ ਪਿਸਟਲ ਸੀ ਉਹ ਬੁੜੀ ਵੀ ਬਾਹਰ ਏ। ਹਾਂਜੀ, ਉਹ ਖਬਰ ਦੇ ਵਿੱਚ ਕਢਾ ਰਹੀ ਆ ਆਪਣਾ ਨਾਮ ਕਿ ਮੇਰਾ ਪਿਸਟਲ ਚੋਰੀ ਹੋਇਆ 14 ਤਰੀਕ ਨੂੰ। ਆਹ ਦੇਖ ਲਓ ਜੀ, ਡੇਟ ਉੱਤੇ ਲਿਖੀ ਹੋਈ ਸਾਡੀ ਕੁੜੀ ਨੂੰ 10 ਤਰੀਕ ਨੂੰ ਗੋਲੀ ਵੱਜੀ, ਅਤੇ ਉਹਨੇ ਪਿਸਟਲ ਚੋਰੀ ਲਿਖਾਇਆ 14 ਤਰੀਕ ਨੂੰ। ਜੇ ਪਿਸਟਲ ਚੋਰੀ ਹੋਇਆ ਸੀ ਤਾਂ ਪਹਿਲਾਂ ਖਬਰ ਲਿਖਾਉਂਦੇ, ਬਾਅਦ ਵਿੱਚ ਕਿ ਉਹ ਲਿਖਾਈ। ਫਿਰ ਉਹ ਮੁੰਡੇ ਹਰਮਨ ਦੀ ਐਕਟਿਵਾ ਲੈ ਕੇ ਆਇਆ, ਉਹਨੂੰ ਸਾਰਾ ਪਤਾ ਸੀ ਕਿ ਕੁੜੀ ਨੂੰ ਗੋਲੀ ਮਾਰਨ ਚੱਲਿਆ। ਉਹ ਮੁੰਡਾ ਫਿਰ ਵੀ ਬਾਹਰ ਏ, ਉਹ ਸਾਨੂੰ ਧਮਕੀਆਂ ਦਿੰਦਾ। ਮੈਨੂੰ ਇੱਟ ਮਾਰ ਕੇ ਗਿਆ ਉਹ, ਅਤੇ ਮੈਂ ਆਪਦਾ ਬਚਾਅ ਕਰਕੇ ਅੰਦਰ ਆ ਗਈ, ਬਾਹਰ ਪਾਣੀ ਡੋਲਣ ਗਈ ਸੀ ਮੈਂ। ਇੱਥੇ ਗੁੜੀਆ ਖੜੀ ਹੋਈ ਸੀਗੀ ਪਹਿਲਾਂ ਤਾਂ, ਖੈਰ ਉਹਨਾਂ ਨੇ ਇੱਥੇ ਬੂਹੇ ਦੇ ਸਾਹਮਣੇ ਕੀਤਾ,
ਫਿਰ ਕੁੜੀਆਂ ਨੂੰ ਇੱਥੋਂ ਖਿੱਚ ਕੇ ਤੇ ਬਾਹਰ ਲੈ ਗਏ ਉੱਥੇ ਸਾਡੀ ਕੁੜੀ ਬਾਹਰ ਦਿੱਤੀ ਗੇਟ ਦੇ ਬਾਹਰ ਗੋਲੀ ਮਾਰ ਕੇ ਚਲੇ ਗਏ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਇਹਨੂੰ ਨਾਲ ਲਿਜਾਣ ਦੀ ਇੱਕ ਮੁੰਡੇ ਨੇ ਬਾਂਹ ਫੜ ਕੇ ਇਹਦੀ ਬਾਹਰ ਲੈ ਕੇ ਆਇਆ ਦੂਜੇ ਮੁੰਡੇ ਨੇ ਗੋਲੀ ਮਾਰ ਕੇ ਚਲੇ ਗਏ ਉਧਰ ਗੱਡੀ ਦੀ ਲਾਈਟ ਵੱਜੀ ਅਸੀਂ ਪੁੱਛਿਆ ਵੀ ਇਹਨੇ ਸਾਨੂੰ ਦੱਸਿਆ ਵੀ ਇਸ ਮੁੰਡਾ ਜੋਰੇ ਨਾਮ ਦਾ ਮੁੰਡਾ ਹੈ ਜਿਹਨੇ ਗੋਲੀ ਮਾਰ ਕੇ ਮੈਨੂੰ ਚਲਾਈ ਇਹ ਗੁੜੀਆ ਜੀ ਆਪਣੇ ਪੜ੍ਹਦੇ ਸੀ ਸਕੂਲ ਉਹ ਨਾਲ ਦਾ ਮੁੰਡਾ ਕੋਈ ਜਿਹੜਾ ਅਰਮਨ ਸੀਗਾ ਉਹਨੇ ਕਿਸੇ ਬੰਦੇ ਨੂੰ ਨੰਬਰ ਦਿੱਤਾ ਆਪਣੇ ਸਕੂਲ ਦੇ ਵਿੱਚੋਂ ਉਹਨੇ ਫੋਨ ਕੀਤਾ ਤੇ ਉਹ ਧੱਕੇ ਨਾਲ ਕੁੜੀ ਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਮੇਰੇ ਨਾਲ ਵਿਆਹ ਕਰਾ ਇਹ ਕੁੜੀ ਪਹਿਲਾਂ ਪਿਆ ਪਟਾਕਾ ਸੀ ਆਪਣੇ ਸੜਕ 'ਤੇ ਪਟਾਕਾ ਪਿਆ ਅਤੇ ਇਹਨਾਂ ਨੇ ਕਿਹਾ ਵੀ ਪਾ ਬਾਹਰ ਕੋਈ ਗੱਡੀ ਗੁੱਡੀ ਵੱਜ ਗਈ ਕਿ ਉੱਧਰ ਸਪੈਸ਼ਲ ਲੱਗੀ ਸੀ ਨਾ ਗੱਡੀਆਂ ਆਉਂਦੀਆਂ ਜਾਂਦੀਆਂ ਸੀਗੀਆਂ ਅਤੇ ਜਦੋਂ ਗੇੜੀ ਕੁੜੀ ਗੇਟ ਲਾਉਣ ਗਈ ਇੱਕ ਗੇਟ ਬੰਦ ਕੀਤਾ ਅਤੇ ਦੂਜਾ ਲਾਉਣ ਲੱਗੀ ਅਤੇ ਮੁੰਡਾ ਬਾਹਰ ਖਿੱਚ ਕੇ ਨਾ ਲੈ ਗਿਆ ਸੜਕ 'ਤੇ ਮੁੰਡਾ ਸੜਕ 'ਤੇ ਹਾਂ ਇੱਕ ਮੁੰਡਾ ਖਿੱਚ ਕੇ ਲੈ ਗਿਆ ਅਤੇ ਦੂਜਾ ਜਿਹੜਾ ਮੁੰਡਾ ਕਹਿੰਦੇ ਨੇ ਜੋਰਾ ਸਿੰਘ ਉਹਨੇ ਆ ਕੇ ਗੋਲੀ ਮਾਰਤੀ ਅਤੇ ਉਹ ਦੂਜਾ ਕਹਿੰਦਾ ਹੋ ਗਿਆ ਕੰਮ ਹੋ ਗਿਆ ਉਹ ਕਹਿੰਦਾ ਹੋ ਗਿਆ ਕੰਮ ਫਿਰ ਗੱਡੀ ਦੀ ਲਾਈਟ ਪਈ ਉੱਧਰ ਸਪੈਸ਼ਲ ਲੱਗੀ ਸੀ ਅਤੇ ਭੱਜ ਕੇ ਗਏ ਚਲੇ ਇਹਨਾਂ ਨੇ ਕੁੜੀ ਨੂੰ ਚੱਕ ਕੇ ਲਿਜਾਣਾ ਸੀ ਦਸ ਮੀਟਰ ਖਿੱਚ ਕੇ ਲੈ ਗਏ ਸੀ ਕੁੜੀ ਨੂੰ ਬਾਹਰ ਗੋਲੀ ਕੁੜੀ 'ਤੇ ਵੱਜੀ ਧੁੰਨੀ ਦੇ ਕੋਲੋਂ ਵੱਜੀ ਰੀੜ੍ਹ ਵਾਲੀ ਹੱਡੀ ਨੂੰ ਵੱਜੀ ਰੀੜ੍ਹ ਵਾਲੀ ਹੱਡੀ ਨੂੰ ਵੈ ਧੜ ਜਿਵੇਂ ਸੁੰਨ ਹੋਣ ਦਾ ਚਾਂਸ ਹੈਗਾ ਸੀਗਾ ਇਹ ਤਾਂ ਰੱਬ ਦਾ ਸ਼ੁਕਰ ਹੈ ਵੀ ਹਾਂਜੀ ਕੁੜੀ ਮੌਤ ਦੇ ਮੂੰਹ 'ਚ ਬਾਹਰ ਆਈ ਇਹ ਗੋਲੀ ਪਾਰ ਲੰਘ ਗਈ ਜੇ ਗੋਲੀ ਮਾੜੀ ਲੱਗ ਜਾਂਦੀ ਛਾਤੀ ਦੇ ਕੋਲ ਤਾਂ ਕੁੜੀ ਨੇ ਮਰ ਜਾਣਾ ਸੀ ਇਹ ਮਾੜੀ ਜਿਹੀ ਭੱਜਣ ਦੀ ਕੋਸ਼ਿਸ਼ ਕੀਤੀ ਨਾ ਬਾਂਹ ਛਿੜਾ ਕੇ ਇਹਨੇ ਦੂਰ ਉਹਨੂੰ ਮਾੜਾ ਜਿਹਾ ਧੱਕਾ ਮਾਰਿਆ ਤਾਂ ਕਰਕੇ ਗੋਲੀ ਉਹਨਾਂ ਦੇ ਨੀਵੀਂ ਵੱਜ ਗਈ ਦੋਸ਼ੀਆਂ 'ਤੇ ਕਾਰਵਾਈ ਕੀਤੀ ਜੀ ਅੱਧਿਆਂ 'ਤੇ ਕੀਤੀ ਚਾਰ ਬੰਦੇ ਸੀਗੇ ਅਤੇ ਕੀਤੀ ਦੋਵਾਂ 'ਤੇ ਇਹਨਾਂ ਨੇ ਅਸੀਂ ਤਾਂ ਉੱਧਰ ਛੇਤੀ ਛੇਤੀ ਹੋਸਪਿਟਲ ਭੱਜ ਗਏ ਅਤੇ ਇਹਨਾਂ ਨੇ ਸਾਡੇ ਮਗਰੋਂ ਵੀ ਇਹਨਾਂ ਨੇ ਕਾਰਵਾਈ ਕਰਨੀ ਸੀਗੀ ਇੱਕ ਜਿਹੜਾ ਮੁੰਡਾ ਹਰਮਨ ਹੈ ਉਹਦਾ ਵੀ ਨਾਂ ਨਹੀਂ ਪਾਇਆ ਹਾਂਜੀ ਨਹੀਂ ਜੀ ਨਹੀਂ ਉਹ ਬਿਆਨਾਂ ਦੇ ਮੁਤਾਬਕ ਐਂ ਨਹੀਂ ਨਾ ਹੋਈ ਵੀ ਜਿਵੇਂ ਦੋ ਮੁੰਡੇ ਹੁੰਦੇ ਜਿਹਨਾਂ ਨੇ ਗੋਲੀ ਮਾਰੀ ਉਹ ਭੱਜ ਗਿਆ ਅਤੇ ਜਿਹੜਾ ਦੂਜਾ ਮੁੰਡਾ ਹਰਮਨ ਹੈ ਉਹਨਾਂ ਨੂੰ ਇਹ ਵੀ ਕੁੱਟ ਕੇ ਪੁੱਛਣਾ ਸੀ ਨਾ ਵੀ ਤੁਸੀਂ ਨੰਬਰ ਕਿੱਥੋਂ ਲਿਆ ਵੀ ਕੀ ਗੱਲ ਕੀਤੀ ਉਹ ਮੁੰਡੇ ਨੂੰ ਲੈਣ ਜਾਂਦਾ ਸੀ ਉਹ ਮੁੰਡਾ ਪੜ੍ਹਦਾ ਨਹੀਂ ਸੀ ਜਿਹਨੇ ਗੋਲੀ ਮਾਰੀ ਅਤੇ ਇਹ ਉਹ ਕੋਈ ਉਹਦੀ ਮੁੰਡੇ ਦੀ ਭਾਬੀ ਹੈ ਉਹਦਾ ਪਹਿਲਾਂ ਵੀ ਕਹਿੰਦੇ ਨੇ ਪਿਸਟਲ ਚੋਰੀ ਹੋਇਆ ਸੀਗਾ ਪਿਸਟਲ ਤਾਂ ਵਾਰੀ ਵਾਰੀ ਪਿਸਟਲ ਕਿਵੇਂ ਚੋਰੀ ਹੋ ਜਾਂਦਾ ਜੀ ਜਦੋਂ ਪਹਿਲਾਂ ਇੱਕ ਵਾਰੀ ਹਾਂ ਪਿਸਟਲ ਪਹਿਲਾਂ ਵੀ ਚੋਰੀ ਹੋਇਆ ਸੀਗਾ ਅਤੇ ਫਿਰ ਦੁਬਾਰੀ ਫਿਰ ਚੋਰੀ ਹੋ ਗਿਆ ਹੁਣ ਆਪਣੇ ਘਰ ਕੋਈ ਆਉਂਦਾ ਚੋਰੀ ਕਰਨ ਬੰਦਾ ਅਤੇ ਉਹਨੂੰ ਆਪਾਂ ਇੱਕ ਵਾਰੀ ਮੋੜ ਦਿੰਦੇ ਹਾਂ ਵੀ ਘਰੋਂ ਵੀ ਸਾਡੇ ਵੀ ਤੂੰ ਚੋਰੀ ਕਰਨ ਵੀ ਤੂੰ ਸਾਡੇ ਘਰੋਂ ਭੱਜ ਜਾ ਸਾਡੇ ਘਰੇ ਵਾਪਸ ਨਾ ਆਏ ਫਿਰ ਉਹ ਬੰਦਾ ਕਿਵੇਂ ਦੁਬਾਰੀ ਕਿਵੇਂ ਚੋਰੀ ਕਰਕੇ ਲੈ ਜਾਂਦਾ ਉਹਨੇ ਆਪ ਮਿਲੀ ਭੁਗਤੇ ਹੁੰਦੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਿਹੜੀ ਉਹਨੇ ਪਿਸਟਲ ਦੀ ਕੰਪਲੇਂਟ ਲਗਾਈ ਚੋਰੀ ਦੀ ਇਹ ਤਾਂ ਸਾਨੂੰ ਖਬਰ ਤੋਂ ਪਤਾ ਲੱਗਿਆ ਜੀ ਬਾਅਦ 'ਚ ਫਿਰ ਪਿੰਡਾਂ 'ਚੋਂ ਪਤਾ ਲੱਗਦਾ ਨਾ ਵੀ ਉਹ ਤਾਂ ਉਹਦੇ ਰਿਸ਼ਤੇਦਾਰ ਹੀ ਨੇ ਜਿਹਦਾ ਪਿਸਟਲ ਅਤੇ ਬਾਅਦ 'ਚ ਉਹਨੇ ਕਿਸੇ ਨੂੰ ਸੁਨੇਹਾ ਵੀ ਭੇਜਿਆ ਸੀਗਾ ਵੀ ਅਸੀਂ ਪੈਸੇ ਪੂਸੇ ਦੇ ਕੇ ਰਾਜ਼ੀਨਾਮਾ ਮੇਰੇ ਨਾਲ ਕਰ ਦੇਣ ਮੇਰਾ ਨਾਮ ਬਾਹਰ ਕੱਢ ਦੇਣ ਅਤੇ ਅਸੀਂ ਉਹਨਾਂ ਦੀ ਗੱਲ ਕੋਈ ਨਹੀਂ ਸੁਣੀ ਅਸੀਂ ਤਾਂ ਕਿਹਾ ਵੀ ਸਾਨੂੰ ਤਾਂ ਇਨਸਾਫ਼ ਹੀ ਚਾਹੀਦਾ ਅਤੇ ਕਾਰਵਾਈ ਨਹੀਂ ਕੀਤੀ ਗਈ ਹਾਂਜੀ ਨਹੀਂ ਜਿਹਨੇ ਕੁੜੀ ਤੇ ਗੋਲੀ ਚਲਾਈ ਸਾਡੀ ਮੰਗ ਹੈ ਜੀ ਵੀ ਸਾਨੂੰ ਇਨਸਾਫ਼ ਹੀ ਚਾਹੀਦਾ ਹਾਂ ਕੋਈ ਇਨਸਾਫ਼ ਨਹੀਂ ਉਹ ਜਿਹੜੇ ਦੋ ਦੋਸ਼ੀ ਨੇ ਉਹ ਬਾਹਰ ਹੀ ਤੁਰੇ ਫਿਰਦੇ ਨੇ ਇਸ ਮਾਮਲੇ 'ਚ ਪੁਲਿਸ ਨੇ ਪੀੜਤ ਕੁੜੀ ਦੀ ਮਾਤਾ ਗੀਤਾ ਦੇ ਬਿਆਨਾਂ ਦੇ ਆਧਾਰ 'ਤੇ ਵਾਰਦਾਤ ਦੇ ਅਗਲੇ ਦਿਨ ਹੀ FIR ਦਰਜ ਕਰ ਲਈ ਸੀ ਜਿਸ 'ਚ ਦੋਸ਼ੀ ਜੋਰਾ ਸਿੰਘ ਅਤੇ ਇੱਕ ਨਾਮਾਲੂਮ ਨੌਜਵਾਨ ਖਿਲਾਫ਼ IPC ਦੀ ਧਾਰਾ 307 34 ਅਤੇ ਆਰਮਜ਼ ਐਕਟ ਦੀ ਧਾਰਾ 25 ਅਤੇ 27 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਇਸ ਵੇਲੇ ਦੋਵੇਂ ਦੋਸ਼ੀ ਜੇਲ੍ਹ 'ਚ ਨੇ ਪੁਲਿਸ ਦੇ ਇੱਕ ਆਲਾ ਅਫਸਰ ਦੇ ਦੱਸਣ ਮੁਤਾਬਕ ਹੁਣ ਇਸ ਮਾਮਲੇ 'ਚ ਵਾਧਾ ਕਰਕੇ ਦੋਸ਼ੀਆਂ ਦੇ ਖਿਲਾਫ਼ SC ST ਦੀ ਧਾਰਾ ਵੀ ਲਗਾਈ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ